ਨਾ ਹੋਵੇ ਤਾਂ ਬੰਦਾ ਦੇ ਦੁਨੀਆ ਦੇ ਉੱਤੇ ਆਉਣ ਦਾ ਕੋਈ ਫਾਇਦਾ ਕਾ ਨਹੀਂ ਦੁਨੀਆ ਦੇ ਉੱਤੇ ਰਹਿਣ ਦਾ ਕੋਈ ਫਾਇਦਾ ਕਾ ਨਹੀਂ ਕਿਉਂਕਿ ਮੁਰੱਬੇ ਕੋਈ ਨਹੀਂ ਦੇਦਾ ਜਾਇਦਾਦਾ ਕੋਈ ਨਹੀਂ ਦੇਦਾ ਬਿਲਡਿੰਗਾਂ ਤੇ ਘਰ ਤੇ ਗੱਡੀਆਂ ਤੇ ਬੈਂਕ ਬੈਲੈਂਸ ਤੇ ਪ੍ਰੋਟੋਕੋਲ ਕੋਈ ਨਹੀਂ ਦੇਦਾ ਹਰਾਲ ਆਉਣ ਦਾ ਫਜਰ ਬੰਦ ਕੁਐਸਚਨ ਕਰਦੇ ਯਾਰ ਆਖਰੀ ਪਰਦਾ ਹਟਾਓ ਮੂੰਹ ਤਾਂ ਦਿਖਾਓ ਪਰ ਕਿਉਂ ਨਾ ਕੀ ਜੇ ਪਿਛਰਾ ਕੁਛ ਇਸ ਅਦਾ ਤੇ ਕਿ ਰੱਤ ਹੀ ਬਦਲ ਗਈ ਇੱਕ ਸ਼ਖਸ ਸਾਰੇ ਸ਼ਹਿਰ ਕੋ ਵੇਰਾਨ ਕਰ ਗਿਆ ਸਾਡੀ ਤਰੱਕੀ ਦੀ ਮਿਸਾਲ ਹੈ ਕਿ ਲੱਖ ਮਰੇ ਮਗਰ ਲੱਖ ਮਾਲ ਨਾ ਮਰੇ ਕੁਰਬਾਨ ਕਹਿੰਦਾ ਤੇ ਇਹ ਦੁਨੀਆ ਤੋਂ ਤੂੰ ਪਰਦਾ ਪਾ ਗਏ ਜਨਾਬੇ ਕਾਜ ਅੰਦਰ ਲੋਕ ਆ ਗਏ ਤੇਰਾ ਪਰਦਾ ਹਟਾਏ ਨੇ ਅਬੂ ਬਕਰ ਸਿੱਦੀਕ ਅਬੀ ਸੇ ਬਾਤ ਕਰਨੇ ਦੇ ਵਿੱਚ ਪਰ ਮੈਨੇ ਤੇਰਾ ਪਰਦਾ ਹਟਾਇਆ ਗਏ ਜਾਂ ਜਿੱਥੇ ਤੇ ਉਹਦੇ ਗਲ ਦੇ ਅੰਦਰ ਇੱਕ ਬਹੁ ਵੱਡਾ ਅਫਤਹਾ ਬੈਠਾ ਹਾ ਇੱਕ ਬਹੁ ਵੱਡਾ ਸਾਂਪ ਬੈਠਾ ਹਾ ਇੱਕ ਬਹੁ ਵੱਡਾ ਨਾਂਗ ਬੈਠਾ ਹਾ ਜਿਹੜਾ ਕੁਰਬਾਨ ਕਹਿੰਦਾ ਉਹ ਕੋ ਡੰਗ ਮਰੇਂਦਾ ਹਾ ਉਹਦੇ ਗੋਸ਼ਤ ਕੋ ਖਾਂਦਾ ਹਾ ਉਹਦੇ ਖੂਨ ਕੋ ਪੀਂਦਾ ਹਾ ਉਹ ਕੋ ਡੰਗ ਮਰੇਂਦਾ ਹਾ ਉਹਦੇ ਗੋਸ਼ਤ ਕੋ ਖਾਂਦਾ ਹਾ ਉਹਦੇ ਖੂਨ ਕੋ ਪੀਂਦਾ ਹਾ ਕੁਰਬਾਨ ਦੇ ਸਾਹਾਬਾ ਕਰਾਮ ਨੇ ਜਿਹੜਾ ਉਹ ਦਿੱਤੇ ਦੇਖਣ ਦੇ ਬਾਅਦ ਪੱਕਾ ਤਾਲਾ ਉਹ ਕੋ ਕਤਲ ਕਰਨ ਲੱਗੇ ਉਹ ਕੋ ਮਾਰਨ ਲੱਗੇ ਹੱਤਾ ਕਿ ਇਤਨਾ ਕੋਸ਼ਿਸ਼ ਕੀਤੇ ਨੇ ਜਿਹਨੇ ਹੱਦ ਕਹਿਣੀ ਉਹ ਨਾਂਗ ਕੋ ਮਾਰ ਨਹੀਂ ਸਕੇ ਉਹ ਨਾਂਗ ਕੋ ਅੱਲਾ ਨੇ ਜ਼ਬਾਨ ਦੇ ਦਿੱਤੀ ਇਨਸਾਨ ਦੀ ਉਹ ਨਾਂਗ ਕੋ ਅੱਲਾ ਨੇ ਕੁਰਬਾਨ ਕਰਨ ਦੀ ਜ਼ਬਾਨ ਦੇ ਦਿੱਤੀ ਬਸ਼ਾਰਾ ਲਈ ਉਹ ਨਾਂਗ ਕੋ ਅੱਲਾ ਨੇ ਜ਼ਬਾਨ ਦੇ ਦਿੱਤੀ ਬੰਦੇ ਵਾਲੀ ਉਹ ਨਾਂਗ ਬੋਲ ਪੇ ਅਤੇ ਇਨ ਅੱਲਾਹ ਤਾਲਾ ਬੇਸ਼ੱਕ ਇਥਾ ਮੇ ਕੋ ਅੱਲਾ ਨੇ ਭੇਜੇ ਲਾ ਇਲਾਹਾ ਇਲਾ ਅੱਲਾਹ ਮੁਹੰਮਦੁਰ ਰਸੂਲullah ਅਦੇ ਕਸਮ ਮੇ ਕੋਈ ਨੇ ਕਲਮਾ ਦੀ ਮੇ ਕੋ ਰੱਬ ਵੀ ਦੇਂਦੇ ਤੁਸਾਂ ਮਰੇਂਦੇ ਵੇ ਉਹ ਨਾਂਗ ਕਿਆ ਦਮੇ ਮੇਰੇ ਬਾਪ।